ਕਿ ਮਾਤਾ ਪਿਤਾ ਬਣਨਾ ਅਜੇ ਵੀ ਤੁਹਾਡਾ ਸੁਪਨਾ ਹੈ? ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ। ਮੁਫਤ ਸਲਾਹ ਲਈ ਕਾਲ ਕਰੋ 9953923945 ਤੇ। ਕਹਿੰਦੇ ਨੇ ਕਿ ਜਦੋਂ ਰੱਬ ਦਿੰਦਾ ਏ ਤਾਂ ਛੱਪੜ ਫਾੜ ਕੇ ਦਿੰਦਾ ਏ। ਅਜਿਹਾ ਹੀ ਹੋਇਆ ਫਾਜ਼ਿਲਕਾ 'ਚ ਫੂਡ ਸਪਲਾਈ ਵਿਭਾਗ ਦੇ ਇੱਕ ਕਰਮਚਾਰੀ ਦੇ ਨਾਲ, ਜਿਸ ਨੂੰ ਲੋਟਰੀ ਨਿਕਲੀ ਹੈ। ਲੋਟਰੀ ਵੀ ਕੋਈ 1-2 ਲੱਖ ਦੀ ਨਹੀਂ, ਬਲਕਿ ਪੂਰੇ 10 ਲੱਖ ਦੀ, ਜਿਸਦਾ ਉਸਨੂੰ ਖੁਦ ਨੂੰ ਵੀ ਯਕੀਨ ਨਹੀਂ ਹੋ ਰਿਹਾ। ਫੋਨ 'ਤੇ ਯਕੀਨ ਨਾ ਹੋਣ ਕਰਕੇ ਮਿਠਾਈ ਲੈ ਕੇ ਘਰ ਹੀ ਪਹੁੰਚ ਗਿਆ ਲੋਟਰੀ ਏਜੰਟ। ਦੱਸ ਦਈਏ ਕਿ ਇਹ ਕਰਮਚਾਰੀ ਪਿਛਲੇ 17 ਸਾਲਾਂ ਤੋਂ ਲੋਟਰੀ ਖਰੀਦ ਰਿਹਾ ਸੀ। ਜਦੋਂ ਰਾਤੋਂ ਰਾਤ ਇੱਕ ਮਾਮੂਲੀ ਜਿਹਾ ਕਰਮਚਾਰੀ ਬਣ ਗਿਆ ਲੱਖਪਤੀ, ਤਾਂ ਇਸਦੀ ਖੁਸ਼ੀ ਦੇਖਣ ਵਾਲੀ ਸੀ। ਅਤੇ ਖੁਸ਼ੀ ਦੇ ਵਿੱਚ ਝੂਮਦੇ ਕਰਮਚਾਰੀ ਨੇ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਜੀ, ਇਹ ਲਾਟਰੀ ਅੰਕਲ ਤੋਂ ਬਹੁਤ ਸਮੇਂ ਤੋਂ ਪਾ ਰਿਹਾ, ਘੱਟੋ ਘੱਟ ਮੈਨੂੰ ਲੱਗਦਾ 2007-08 ਤੋਂ ਮੈਂ ਆਹ ਲਾਟਰੀਆਂ ਪਾ ਰਿਹਾ, ਅਤੇ ਵੱਡਾ ਇਨਾਮ ਹੀ ਪਾਈਦਾ ਹਮੇਸ਼ਾ, ਅਤੇ ਅੱਜ ਜਾ ਕੇ ਉਹਦੇ ਵਿੱਚੋਂ ਇਨਾਮ ਨਿਕਲਿਆ ਜੀ, ਮੈਨੂੰ ਬਹੁਤ ਖੁਸ਼ੀ ਹੋਈ ਹੈ। ਇਹ ਕੱਲ੍ਹ ਮੈਨੂੰ ਅੰਕਲ ਕਹਿ ਰਹੇ ਸੀ, ਹੁਣ ਦੱਸ ਰਹੇ ਸੀ ਕਿ ਕੱਲ੍ਹ ਮੈਂ ਫੋਨ ਟਰਾਈ ਕਰ ਰਿਹਾ ਸੀ ਰਾਤ ਨੂੰ, ਪਰ ਫੋਨ ਬਿਜ਼ੀ ਆ ਰਿਹਾ ਸੀ, ਲੱਗ ਨਹੀਂ ਰਿਹਾ ਸੀ ਜੋ ਵੀ ਹੈ, ਅਤੇ ਅੱਜ ਫਿਰ ਮੈਨੂੰ ਸੁਬਹਾ ਸੁਬਹਾ ਅੰਕਲ ਦਾ ਫੋਨ ਆਇਆ, ਤਾਂ ਮੈਂ ਕਿਹਾ ਬਹੁਤ ਬਹੁਤ ਵਧਾਈਆਂ ਹੋਣ, ਅਤੇ ਤੁਹਾਨੂੰ ਵੀ ਜੀ ਬਹੁਤ ਬਹੁਤ ਵਧਾਈਆਂ। ਵਿਸ਼ਵਾਸ ਕਰਨਾ ਸੀਗਾ ਅੰਕਲ ਦਾ ਫੋਨ ਆ ਗਿਆ ਸੀ ਤਾਂ ਵਿਸ਼ਵਾਸ ਕਰਨਾ ਪਿਆ, ਕਿਉਂਕਿ ਹੋਰ ਕੋਈ ਕਰਦਾ ਫਿਰ ਤਾਂ ਵਿਸ਼ਵਾਸ ਨਹੀਂ ਹੋਣਾ ਸੀਗਾ। ਜਦੋਂ ਅੰਕਲ ਦੀ ਕਾਲ ਆਈ ਫਿਰ ਹੋ ਗਿਆ ਥੋੜਾ ਜਿਹਾ ਜੀ, ਵੀ ਪੱਕਾ ਹੀ ਉਲਟਾ ਜੀ। ਜ਼ਰੂਰਤ ਤਾਂ ਚਲੋ ਵੀ ਹਰੇਕ ਬੰਦੇ ਨੂੰ ਹੀ ਹੁੰਦੀ ਹੈ, ਕਿਉਂਕਿ ਚਲੋ ਕਿਸੇ ਨੂੰ ਘੱਟ ਹੈ ਕਿਸੇ ਨੂੰ ਜ਼ਿਆਦਾ, ਜ਼ਰੂਰਤ ਤਾਂ ਸਭ ਦੀਆਂ ਹੀ ਨੇ ਜੀ। ਤੇ ਉਸ ਚੀਜ਼ ਕਰਕੇ ਦੇਖੋ ਹੁਣ ਕੀ ਕਰਾਂਗੇ ਫਿਰ, ਚਲੋ ਉਹ ਤੋਂ ਬਾਅਦ ਸੋਚਾਂਗੇ ਵੀ ਕੀ ਕਰਨਾ ਇਹਨਾਂ ਜੀ। ਪਹਿਲਾਂ ਕਿਉਂਕਿ ਪਤਾ ਨਹੀਂ ਸੀ ਕਿ ਵੀ ਇੰਨਾ ਅਮਾਊਂਟ ਆ ਜਾਏਗਾ, ਕਿਉਂਕਿ ਵਿਚਾਰ ਤਾਂ ਬਾਅਦ ਵਿੱਚ ਲਗਾਇਆ ਜਾਂਦਾ, ਆਪਾਂ ਨੂੰ ਪਤਾ ਨਹੀਂ ਹੁੰਦਾ ਐਟ ਏ ਟਾਈਮ ਤੇ।